ਅੰਮ੍ਰਿਤਸਰ ਸ਼ਹਿਰ ਅੰਦਰ ਯਾਤਾਯਾਤ ਸਿਸਟਮ ਪੂਰੀ ਤਰ੍ਹਾਂ ਅਸਤ ਵਿਅਸਤ ਹੈ। ਫਾਸਟਵੇ ਦੀ ਨਿਊਜ਼ ਟੀਮ ਵੱਲੋਂ ਇਸ ਸਮੱਸਿਆ ਨੂੰ ਆਏ ਦਿਨ ਉਜਾਗਰ ਕੀਤਾ ਜਾ ਰਿਹਾ। ADCP ਟ੍ਰੈਫਿਕ ਦਿਲਬਾਗ ਸਿੰਘ ਨੇ ਫਾਸਟਵੇ ਦੀ ਨਿਊਜ਼ ਟੀਮ ਦੇ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਚੱਲਦੇ ਆਟੋ ਰਿਕਸ਼ਿਆਂ ਦੀ ਗਿਣਤੀ ਕਰਵਾਈ ਜਾਵੇਗੀ ਅਤੇ ਰੂਟ ਪਲਾਨ ਜਾਰੀ ਕਰਨ ਬਾਰੇ ਵੀ ਪ੍ਰਸ਼ਾਸਨ ਪਾਸੋਂ ਸਹਿਯੋਗ ਦੀ ਅਪੀਲ ਕੀਤੀ ਜਾਵੇਗੀ। ਆ ਜਿਹੜੇ ਬੱਸ ਸਟੈਂਡ ਦੇ ਸਰਾਊਂਡਿੰਗ ਏਰੀਆ ਨਾ, ਉਹਦੇ ਵਿੱਚ ਇਹ ਵੀ ਪ੍ਰੋਬਲਮ ਆ, ਤਾਂ ਉੱਥੇ ਕੋਈ ਕੰਸਟਰਕਸ਼ਨ ਵੀ ਚੱਲ ਰਹੀ ਹੈ, ਤੋ ਜਿਹੜੇ ਆਪਣੇ ਹੈਗੇ ਨੇ ਟ੍ਰੈਫਿਕ ਵਾਲੇ ਨੇ, ਉਹਨਾਂ ਨੂੰ ਅਸੀਂ ਇਹੀ ਕਹੀਦਾ, ਜੋ ਵੀ ਨਿਰਦੇਸ਼ ਦੇਈਦੇ ਆ ਵੀ ਰੈਗੂਲੇਟ ਕਰਨੀ ਆ ਟ੍ਰੈਫਿਕ, ਕੋਈ ਉੱਥੇ ਚਲਾਨ ਨਹੀਂ ਕਰਨਾ। ਚਲੋ ਇਹ ਵੀ ਹੁਣ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਵੀ ਇੱਕ ਨਫਰੀ ਇੱਥੇ ਵਧਾ ਰਹੇ ਹਾਂ, ਅਤੇ ਦੂਸਰੀ ਗੱਲ ਆ ਅਸੀਂ ਪਬਲਿਕ ਨੂੰ ਵੀ ਇਹ ਅਪੀਲ ਕਰਦੇ ਹਾਂ ਵੀ ਉਹ ਕੋਪਰੇਟ ਕਰਨ ਟ੍ਰੈਫਿਕ ਪੁਲਿਸ ਨੂੰ, ਕਿਉਂਕਿ ਵਿੱਚ ਖਿਲਾਰ ਦਿੰਦੇ ਨੇ ਜਿੰਨੇ ਵੀ ਹੈਗੇ ਆ ਕੋਈ ਆਪਣਾ ਵਹੀਕਲ ਨਾ, ਕੋਈ ਉੱਥੇ ਗੱਲਾਂ ਕਰ ਲਾ ਪੈਂਦਾ ਬੱਸ ਅੱਡੇ 'ਤੇ ਕਿਸੇ ਨਾਲ, ਇੱਕ ਆਟੋਜ਼ ਦਾ ਬੜੀ ਪ੍ਰੋਬਲਮ ਹੈਗੀ ਹੈ। ਸੋ ਇਸ ਕਰਕੇ ਮੈਂ ਆਟੋਜ਼ ਵਾਲਿਆਂ ਨੂੰ, ਸਾਰਿਆਂ ਨੂੰ ਜਿਹੜੇ ਪ੍ਰਧਾਨ ਹੈਗੇ ਉਹਨਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਤੁਸੀਂ ਆਪਣੇ ਡਰਾਈਵਰ ਨੇ ਉਹਨਾਂ ਜਾਂ ਆਪ ਤੁਸੀਂ ਚਲਾਉਂਦੇ ਉਹਨਾਂ ਨੂੰ ਤੁਸੀਂ ਕਹੋ ਵੀ ਇੱਕਦਮ ਜਿਹੜਾ ਕੱਟ ਕਰਕੇ ਅੱਗੇ ਲੈ ਆਉਂਦੇ ਆ, ਐਕਸੀਡੈਂਟ ਹੁੰਦੇ ਆ ਕਈ, ਜਿਹੜਾ ਉਹਨਾਂ ਨੂੰ ਚਲਾਉਂਦੇ ਨਹੀਂ ਹੈਗੇ ਸਹੀ, ਉਹ ਟ੍ਰੈਫਿਕ ਦੇ ਵਿੱਚ ਜਿਹੜਾ ਪ੍ਰੋਬਲਮ ਕ੍ਰੀਏਟ ਕਰਦੇ ਆ, ਰੁਕ ਜਾਂਦੀ ਆ। ਸੋ ਉਹ ਆਪਾਂ ਕਰ ਰਹੇ ਹਾਂ ਜੀ, ਆਟੋ ਦੀ ਜਿਹੜੀ ਆ ਉਹ ਸੈਂਸਿਸ ਆਪਾਂ ਕਰਨ ਲੱਗੇ ਹੈਗੇ ਹਾਂ, ਕਿਉਂਕਿ ਆਟੋਜ਼ ਤਾਂ ਕੋਈ ਪਤਾ ਹੀ ਨਹੀਂ ਹੈਗਾ ਇਹ ਕਿੱਥੇ ਦੇ ਨੇ ਕੀ ਹੈਗੀ ਆ, ਅਤੇ ਮੈਂ ਤਾਂ ਜਿਹੜੇ ਹੈਗੀ ਆ ਆਪਣੇ ਟਰਾਂਸਪੋਰਟ ਅਥਾਰਟੀ ਨੂੰ ਵੀ ਅਪੀਲ ਕਰਦਾ ਕਿ ਉਹ ਜਿਹੜੀ ਇਹਨਾਂ ਦੇ ਬਾਰੇ ਕੁਛ ਕਰਨ, ਤਾਂ ਜੋ ਕਿ ਇਹ ਸਹੀ ਸਿਸਟਮ ਸਹੀ ਹੋਵੇ, ਇਹਨਾਂ ਨੂੰ ਇਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਪਰਮਿਟ ਦੇਣ, ਉਹਨਾਂ ਦਾ ਕੋਈ ਟਾਈਮ ਫਿਕਸ ਕਰਨ, ਉਹਨਾਂ ਦੀ ਜਿਹੜੀ ਸਵਾਰੀ ਜੋ ਹੈਗੀ ਆ ਕਿੰਨੀ ਉਹ ਫਿਕਸ ਕਰਨ ਜਿੰਨੀ ਅਕੋਰਡਿੰਗ ਟੂ ਲਾਅ ਹੈਗੀ ਆ। ਸੋ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਇਹ ਅਪੀਲ ਕਰਦਾ ਵੀ ਤੁਸੀਂ ਜਿਹੜੇ ਡਰਾਈਵਰ ਰੱਖੇ ਆ ਜਾਂ ਆਪ ਚਲਾਉਂਦੇ ਆ, ਤਾਂ ਉਹ ਜਿਹੜਾ ਟ੍ਰੈਫਿਕ ਰੂਲਸ ਦੇ ਮੁਤਾਬਕ ਚਲਾਉਣ, ਤਾਂ ਜੋ ਕਿ ਇਹ ਕੰਜੈਸ਼ਨ ਕੱਟ ਸਕੇ ਅਤੇ ਸਹੀ ਤਰ੍ਹਾਂ ਆਪਾਂ ਸ਼ਹਿਰ ਦੇ ਨਾਲ ਸ਼ਹਿਰ ਵਾਸੀਆਂ ਨੂੰ ਵਧੀਆ ਟ੍ਰੈਫਿਕ ਨੂੰ ਰੈਗੂਲੇਟ ਕਰਨ ਦੇ ਕੀਤੀ ਜਾਵੇ। ਸ਼ੋਰਟਲੀ ਆਪਾਂ ਇਹ ਕਰ ਰਹੇ ਹੈਗੇ ਹਾਂ ਕਿ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਆਟੋਜ਼ ਕਿੰਨੇ ਹੈਗੇ ਆ, ਕਿੱਥੋਂ ਆਏ ਆ, ਅਤੇ ਬਣਦਾ ਤਾਂ ਇਹ ਵੈਸੇ ਉਹਨਾਂ ਦਾ ਹੈਗਾ RTA ਜਿਹੜੀ ਹੈਗੀ ਆ ਉਹਨਾਂ ਦਾ, ਉਹ ਡਿਪਾਰਟਮੈਂਟ ਦਾ। ਤੋ ਚਲੋ ਆਪਾਂ ਵੀ ਆਪਾਂ ਕਰਨ ਰਹੇ ਹਾਂ, ਕਿਉਂਕਿ ਇਹਨਾਂ ਦਾ ਬੜਾ ਇਹਨਾਂ ਨੂੰ ਅਪੀਲ ਵੀ ਕਰ ਦਿੱਤੀ, ਇਹਨਾਂ ਦੀਆਂ ਮੈਂ ਮੀਟਿੰਗ ਵੀ ਕੀਤੀਆਂ, ਅਤੇ ਕੁਛ ਆਉਂਦੇ ਨੇ ਕੁਛ ਨਹੀਂ ਆਉਂਦੇ। ਸੋ ਇਹ ਹੁਣ ਆਪਾਂ ਥੋੜ੍ਹਾ ਇਹਨਾਂ ਦੀ ਸੈਂਸਿਸ ਦੇ ਵਿੱਚ